27 ਤਰੀਕ ਨੂੰ ਫਤਿਹਗੜ੍ਹ ਸਾਹਿਬ ਜਿਹੜਾ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਛੋਟੇ ਸਾਹਿਬਜ਼ਾਦਿਆਂ ਦਾ ਉਹਦੇ ਸੰਬੰਧ ਦੇ ਵਿੱਚ ਅਸੀਂ ਵੀ 27 ਤਰੀਕ ਨੂੰ 11 ਵਜੇ ਅਸੀਂ ਉੱਥੇ ਪਹੁੰਚਾਂਗੇ ਅਤੇ ਮੈਂ ਅਪੀਲ ਕਰਦਾ ਜਿੰਨੇ ਵੀ ਉੱਥੇ ਨਤਮਸਤਕ ਹੋਣ ਆਏ ਹੋਏ ਲੋਕ ਨੇ ਉਹਨਾਂ ਨੂੰ ਕਿ ਵੱਧ ਤੋਂ ਵੱਧ ਜਿਹੜੀ ਵੱਡੀ ਗਿਣਤੀ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਉੱਥੋਂ ਤੁਸੀਂ ਵੀ ਸਾਡੇ ਨਾਲ ਦਿੱਲੀ ਵੱਲ ਨੂੰ ਚਾਲੇ ਪਾਓ ਤਾਂ ਕਿ ਆਪਾਂ ਜਿਹੜੀ ਗਿਣਤੀ ਹੈ ਇੱਥੇ ਵੈਸੇ ਤਾਂ ਬਹੁਤ ਵਧੀਆ ਗੱਲ ਹੈ ਕਿ ਗਿਣਤੀ ਲਗਾਤਾਰ ਅੱਗੇ ਨਾਲੋਂ ਵੱਧ ਰਹੀ ਆ ਪਰ ਆਪਾਂ ਹੋਰ ਗਿਣਤੀ ਨੂੰ ਵਧਾਈਏ ਤਾਂ ਜਦੋਂ ਵੀ ਆਪਾਂ ਉੱਥੇ ਮੱਥਾ ਟੇਕ ਲਿਆ ਮੱਥਾ ਟੇਕਣ ਤੋਂ ਬਾਅਦ ਆਪਾਂ ਫਤਿਹਗੜ੍ਹ ਸਾਹਿਬ ਤੋਂ 11 ਵਜੇ 12 ਵਜੇ ਆਪਾਂ ਗੱਲਾਂ ਬਾਤਾਂ ਉੱਥੇ ਕਰਾਂਗੇ 2 ਵਜੇ ਉੱਥੋਂ ਆਪਾਂ ਇੱਧਰ ਨੂੰ ਦਿੱਲੀ ਵੱਲ ਨੂੰ ਚਾਲੇ ਪਾਉਣੇ ਆ ਅਤੇ ਆਪਾਂ ਜਗ੍ਹਾ ਦੇਖਦੇ ਕਿੱਥੇ ਹਾਂ ਉਹ ਮਗਰ ਉੱਥੇ ਕਿਹੜੀ ਰੱਖੀ ਜਾ ਸਕਦੀ ਹੈ ਮਨਾਲੀ ਵੀ ਜਿੱਥੋਂ ਆਪਾਂ ਤੁਰ ਸਕੀਏ ਜੋਤੀ ਸਰੂਪ ਗੁਰਦੁਆਰੇ ਦੇ ਕੋਲੇ ਆਪਾਂ ਇਕੱਠੇ ਹੋਵਾਂਗੇ 11-12 ਵਜੇ ਇਕੱਠੇ ਹੋਵਾਂਗੇ ਹਾਂ ਤੋਂ ਬਾਅਦ 2 ਵਜੇ ਉੱਥੋਂ ਆਪਾਂ ਚਾਲੇ ਪਾਵਾਂਗੇ ਸੋ ਮੈਂ ਅਪੀਲ ਕਰਦਾ ਕਿ ਵੱਧ ਤੋਂ ਵੱਧ ਜਿੰਨੇ ਵੀ ਕੋਈ ਬੈਠੇ ਨੇ ਘਰਾਂ ਦੇ ਵਿੱਚ ਜਾਂ ਜਿਨ੍ਹਾਂ ਨੇ ਫਤਿਹਗੜ੍ਹ ਸਾਹਿਬ ਹਲੇ ਜਾਣਾ ਹੈ ਤਾਂ ਪਰਸੋਂ ਫਿਰ ਆਪਾਂ ਇਕੱਠੇ ਹੁੰਦੇ ਹਾਂ ਉੱਥੇ ਉਹ ਤੋਂ ਬਾਅਦ ਆਪਾਂ ਦਿੱਲੀ ਵੱਲ ਨੂੰ ਬਿਲਕੁਲ ਹਾਂ ਇਹ ਬੜਾ ਮਤਲਬ ਇਤਿਹਾਸਕ ਦਿਨ ਹੈ ਕੌਮ ਦੇ ਲਈ ਸੁੱਚੀ ਕੌਮ ਦੇ ਲਈ ਕਿ ਇਹ ਦਿਨਾਂ ਦੇ ਵਿੱਚ ਸਾਨੂੰ ਕੋਈ ਸਿੱਖਣ ਦੀ ਲੋੜ ਹੈਗੀ ਹੈ ਕਿ ਕਿਵੇਂ ਛੋਟੀਆਂ ਜਿੰਦਾਂ ਵੱਡੇ ਸਾਕੇ ਕਰਕੇ ਗਈਆਂ ਨੇ ਛੋਟੇ ਛੋਟੇ ਸਾਹਿਬਜ਼ਾਦੇ ਇੱਕ ਸਾਨੂੰ ਪ੍ਰੇਰਨਾ ਦੇ ਕੇ ਗਏ ਨੇ ਕਿ ਕਿਵੇਂ ਜਦੋਂ ਕੌਮਾਂ ਨੂੰ ਕੌਮਾਂ ਦੀ ਨੀਂਹ ਰੱਖਣੀ ਹੁੰਦੀ ਹੈ ਤਾਂ ਫਿਰ ਕਿਵੇਂ ਜਿਹੜਾ ਖੂਨ ਹੈ ਉਹ ਉਹਨਾਂ ਨੀਹਾਂ ਦੇ ਵਿੱਚ ਪਾਇਆ ਜਾਂਦਾ ਸੋ ਅੱਜ ਵੀ ਇਸ ਕੌਮ ਨੂੰ ਦੁਬਾਰਾ ਲੋੜ ਆ ਪੂਰੇ ਮੁਲਕ ਨੂੰ ਲੋੜ ਹੈ ਪੂਰੀ ਇਸ ਪਿੱਠੀ ਇਸ ਧਰਤੀ ਨੂੰ ਲੋੜ ਆ ਦੁਬਾਰਾ ਉਹੀ ਇਤਿਹਾਸ ਸਿਰਜਣ ਦੀ ਸੋ ਆਪਾਂ ਉੱਥੋਂ ਨਤਮਸਤਕ ਹੋ ਕੇ ਪ੍ਰੇਰਨਾ ਲੈ ਕੇ ਅਰਦਾਸ ਕਰਕੇ ਜਿੱਤ ਦੀ ਅਰਦਾਸ ਕਰਕੇ ਆਪਾਂ ਚਾਲੇ ਪਾਈਏ ਕਿ ਜਦੋਂ ਵੀ ਜਾਵਾਂਗੇ ਦਿੱਲੀਓਂ ਜਿੱਤ ਕੇ ਹੀ ਵਾਪਸ ਜਾਵਾਂਗੇ ਇੱਕ ਤਾਂ ਇਹ ਬੇਨਤੀ ਸੀ ਦੂਜੀ ਬੇਨਤੀ ਹੈਗੀ ਹੈਗੀ ਜਿਹੜਾ ਬਹੁਤ ਵਧੀਆ ਕਰ ਰਹੇ ਹੋ ਪੰਜਾਬ ਵਾਲਿਓ ਅੱਜ ਆਪਣੇ ਜ਼ਿਲ੍ਹੇ ਵਾਲਿਆਂ ਨੇ ਬਠਿੰਡੇ ਵਾਲਿਆਂ ਨੇ ਸ਼ੁਰੂਆਤ ਕੀਤੀ ਆ ਕਿੱਥੇ ਵੀ ਟਾਵਰ ਵਾਲੀ ਤੁਹਾਡਿਆਂ ਨੇ ਕਰਤੀ ਅੱਜ ਸਾਡਾ ਨੇ ਖੜਕੈਂਤੀ ਕਰਤੀ ਤੇ ਟਾਵਰਾਂ ਵਾਲੀ ਗੱਲ ਆਪਾਂ ਕਰ ਲੈਂਦੇ ਬਹੁਤ ਵਧੀਆ ਗੱਲ ਹੈ ਜਿਹੜੀ ਕਿ ਪੂਰਾ ਪੂਰਨ ਤੌਰ ਤੇ ਜੀਓ ਦਾ ਤੇ ਅਡਾਨੀ ਦਾ ਜਿਹੜਾ ਦੂਜਾ ਹੈਗਾ ਇਹਦਾ ਫਾਰਚੂਨ ਦਾ ਸਮਾਨ ਆ ਉਹਦਾ ਤੇਲ ਆਉਂਦੇ ਨੇ ਹੋਰ ਜਿੰਨੇ ਪ੍ਰੋਡਕਟ ਆਉਂਦੇ ਨੇ ਉਹਨਾਂ ਦਾ ਬਾਈਕਾਟ ਕਰੋ ਆ ਰਾਮਦੇਵ ਦਾ ਜਿਹੜਾ ਹੈਗਾ ਇਹਦਾ ਜਿੰਨਾ ਵੀ ਸਮਾਨ ਆਉਂਦਾ ਇਹਦਾ ਵੀ ਆਪਾਂ ਨੂੰ ਬਾਈਕਾਟ ਕਰਨਾ ਚਾਹੀਦਾ ਕਿਉਂਕਿ ਪੂਰਨ ਤੌਰ ਤੇ ਆਪਾਂ ਜੇ ਬਾਈਕਾਟ ਕਰਕੇ ਆਰਥਿਕ ਤੌਰ ਤੇ ਸੱਟ ਮਾਰ ਗਏ ਇਹਨਾਂ ਦੇ ਤਾਂ ਜਾ ਕੇ ਇਹਨਾਂ ਨੂੰ ਹੁਣ ਜਿਹੜਾ ਮਾੜੀ ਮੋਟੀ ਅੱਗ ਲਾਉਣ ਲੱਗੀ ਆ ਜਿਵੇਂ ਹੁਣ ਰੋਜ਼ ਇਹਨਾਂ ਦੇ ਬਿਆਨ ਆ ਰਹੇ ਨੇ ਅਬਾਨੀਆਂ ਦੇ ਅਡਾਨੀਆਂ ਦੇ ਕਿ ਸਾਡਾ ਕੀ ਸੰਬੰਧ ਹੈ ਸਾਡਾ ਤਾਂ ਕਾਨੂੰਨਾਂ ਨਾਲ ਕੋਈ ਸੰਬੰਧ ਹੀ ਨਹੀਂ ਹੈਗਾ ਜਦੋਂ ਕਿ ਕਾਨੂੰਨਾਂ ਨਾਲ ਸੰਬੰਧ ਹੀ ਇਹਨਾਂ ਦਾ ਕਿਉਂਕਿ ਇਹਨਾਂ ਲਈ ਹੀ ਇਹ ਕਾਨੂੰਨ ਬਣਾਏ ਗਏ ਨੇ ਇਹਨਾਂ ਲਈ ਹੀ ਆਪਣੀਆਂ ਜ਼ਮੀਨਾਂ ਖੋਹ ਕੇ ਇਹਨਾਂ ਨੂੰ ਦੇਣੀਆਂ ਨੇ ਸੋ ਇਸ ਕਰਕੇ ਆਪਾਂ ਚਾਹੁੰਦੇ ਹਾਂ ਕਿ ਯਾਰ ਵੱਧ ਤੋਂ ਵੱਧ ਆਪਾਂ ਪੂਰਨ ਰੂਪ ਦੇ ਵਿੱਚ ਇਹਨਾਂ ਦਾ ਬਾਈਕਾਟ 300 ਟਾਵਰ ਸਟਾਲਨ 300 ਟਾਵਰ 300 ਟਾਵਰ ਜਿਹੜਾ ਸਟਾਲਨ ਨੇ ਦੱਸਿਆ ਕਿ 300 ਟਾਵਰ ਜਿਹੜਾ ਜਲੰਧਰ 'ਚ ਵੱਧ ਸਾਰਿਆਂ ਨੂੰ ਹੋਏ ਆ ਜਲੰਧਰ ਸੰਗਰੂਰ ਬਠਿੰਡਾ ਹਾਂ ਜਲੰਧਰ ਜ਼ਿਆਦਾ ਹੋਏ ਨੇ ਫਿਰ ਸੰਗਰੂਰ ਜ਼ਿੰਮੇਵਾਰੀ ਬਣਾ ਪਿੱਛਾ ਨੀ ਰਹਿਣਾ ਬਿਲਕੁਲ ਵੀ ਹਰ ਇੱਕ ਟਾਵਰ ਹਰਿਆਣੇ ਕੇ ਅੰਦਰ ਦੇ ਬੰਦ ਹੋਣਾ ਜੇ ਜੀਓਗਾ ਅਡਕਾਂਡਾ ਨਿਯਮ ਬੰਨ ਕੇ ਮੁੰਡਾ ਹੋਰ ਚੁਣ ਕੇ ਤੋਂ ਸਾਰੇ ਬੰਦ ਕਰ ਦਿਓ ਨੇੜੇ ਇਹਦਾ ਤੋਂ ਪੂਰਾ ਦੱਬਗਾ ਮਤਲਬ ਸਾਥ ਦਿਓ ਵੀ ਹਾਂ ਆਪਾਂ ਨੇ ਮੋਰਚੇ ਪਤਾ ਕਰਕੇ ਜਾਣਾ ਵੀ ਪਿੱਛਾ ਨਹੀਂ ਰਹਿਣਾ ਹਰਿਆਣੇ ਵਾਲੇ ਦੱਬਣਾ ਨਹੀਂ ਹੈ ਵੀ ਪੂਰਾ ਮੋਢੇ ਵਾਲ ਮੋਢਾ ਲੈ ਕੇ ਚੱਲਣਾ ਪੰਜਾਬ ਕੇ ਨਹੀਂ ਨਵਦੀਪ ਹਰਿਆਣੇ ਵਾਲੇ ਨੇ ਖੱਟਰ ਘੇਰ ਲਿਆ ਜੋ ਵਧਾਈਆਂ ਮੈਂ ਤੋਂ ਵਧਾਈਆਂ ਉਹ ਬਾਡੀ ਵਾਲੀ ਸ਼ਾਂਤ ਨੂੰ ਜਿਹੜਾ ਹੈਲੀਪੈਡ ਪੱਟ ਤਾਂ ਉਤਰ ਨਹੀਂ ਦਿੱਤਾ ਹਾਂਜੀ ਹਾਂਜੀ ਅੰਬਾਲੇ ਵਾਲਿਆਂ ਨੇ ਅੰਬਾਲੇ ਮਾਰੇ ਖੱਟਰ ਪੂਰੇ ਡੰਡੇ ਤੱਕ ਚਲੇ ਵਾਂ ਸੀ ਨਵਦੀਪ ਨੂੰ ਵੀ ਆਏ ਸੀ ਅੰਬਾਲੇ ਨੂੰ ਮੇਰੀ ਬਦਨਾਮੀ ਨਾ ਹੋ ਜਾਏ ਬਿਲਕੁਲ ਫੱਟੇ ਚੱਕ ਕਰ ਕੇਸ ਵੀ ਕਰੇ ਆ ਬਾਈਆਂ ਵਗਈਆਂ ਬਾ ਆਪਣੇ ਬਾ 13 ਬਾਈਆਂ ਬਾ ਘਬਰਾਣੇ ਕੀ ਜ਼ਰੂਰਤ ਨਹੀਂ ਆਪਣੇ ਪਾ ਨੇ ਪਹਿਲਾਂ ਵੀ ਕਿਹਾ ਵੀ ਕਿਸਾਨ ਯੂਨੀਅਨ ਹਰ ਵਕਤ ਮੋਢੇ ਘਰ ਮੋਢਾ ਲੈ ਖੜੀ ਹੈ ਚਾਹ ਘਰ ਦਾ ਕੰਮ ਹੋਵਾ ਕੋਈ ਦਬਣੇ ਕੀ ਜ਼ਰੂਰਤ ਨਹੀਂ ਹੈ 27 ਤਰੀਕ ਨੂੰ ਆਪਣੇ ਇਲੈਕਸ਼ਨ ਆ ਆਪਣੇ ਮੇਅਰ ਕੇ ਤੋ ਕਿਸੇ ਨੂੰ ਵੀ ਵੋਟ ਦੇਹੋ
पर बीजेपी पार्टी हारनी चाहिए और नोटा पर वोट नहीं पानी है। नोटा पर पावांगे तो बीजेपी का समर्थन करांगे, जो सा नोटा पर पावांगे। नोटा पर नहीं पानी है, उनके खिलाफ वोट पाओ और आने वाले जो उनकी 30 दिन रिजल्ट आवा वो बीजेपी के खिलाफ आना चाहिए हरियाणा के अंदर। एक तो ये एक आ वधिया गल हुई अज, पहला बठिंडे इन्हां दी शुरुआत हुई जदों जन्मदिन मनाउंदे सी वाजपेई दा, ये उत्थे दबल्ले भी इहनां डांगां डूंगां भी पंगां ढूहे च इहदे गरेयाल दबल्लिया, हाँ उत्थे गरेयाल दबल्लिया, फिर जलंधर दबल्ले ने इह ना चंगी गल हो रही है। इहनां नूं थां थां जिथे भी किते इह लगदा इहदे इक न्यूजीलैंड कोई दबल्लिया उठ गया, पता नहीं की होया, बाहरले भी खासी नेकी खट रहे आ, करे होया चंगा कर रहे हो कम तुसीं, जिथे इत्थे भी हैगे आपो अपणियां जिम्मेवारियां मेरे वीर सांभो, चाहे पंजाब बैठे हो चाहे हरियाणा बैठे हो चाहे यूपी उत्तराखंड राजस्थान कितने बैठे हो चाहे तुम बहरले मुल्कों बैठे हो, सारे सोहना काम कर रहे हो, होर खिंचण की लोड़ है काम। एक तो अलावा हाँ एक मैं इतने मोर्चे के संबंध में गल करना चाहना नौजवानों को, दो अपील ये बेनती ने कि यार एक तो रात ध्यान चाहिए कि कुड़ी कोई इतने अवारा कुड़ी कोई इतने घूम रही थी सोई ढाबे को, देखियो मेरा वीर यह जी को मूँह कलख ना पा लै लगे अपना घोला जरा दौड़ना जरा फेल करनी है चाला ने लास्ट हथियार ने। हाँ। एक ना परसों ना ईडी के मुंडे आए थे इतने अपना मिल आए थे, कह रहे भी ना मित साह ने मीटिंग बुलाई है, मीटिंग बुला के कहा भी ना अंदोलन खराब नहीं हो रहा भी मनु स्कीम दो ब्यूरोक्रेट की मीटिंग हो जाती, तो ये स्कीम ने इन्हों की भी हाँ कोई यह जहाँ काम ना हो जाए अपने को भी हूँ अंदोलन इन्होंने को खराब नहीं होना, अपना अंदोलन साढ़े को खराब होना जो भी होना ठीक है, तो असी बचा के रखना इनू ज्यादा तो ज्यादा हरियाणा वाले भी अपील आ कोई कुड़ी काड़ी आवा बई ऐसी कोई ना पूरे लांछने लेकर जाना, जिस तरह पहला जाट अंदोलन बिना बात से हम बदनाम हो गए थे जाट सारे के सारे बिल्कुल पूरे ते अपा मतलब अच्छाई लेकर जानी है, जिस तरह सारी इमेज अपा यहाँ से ठीक करके जानी है, वैसे तो ठीक होगी तो सारे भाई ध्यान रखियो अंदोलन ना अपना भी किसी भी तरीके से अपनी ना गलती होगा किसी भी तरीके। रात तो कुड़ी इतने आई घूमती फिरती सी जो गलर कहने फट के पुलिस नु फड़ाई पुलिस की चलाकी देखो जाते इतने नाके तार दोबारा फिर जाके मगर फिर थाने छड़ के आया कुड़ियां कड़िया भी छड़न गए, हो सकता अपा नु बदनाम कर कुड़ी छड़ के वीडियो बना ली किसी ट्राली च व्याह देखो जी केड़ा अंदोलन कर रहे ने इतने यह गंद पैन लग गया, तो जो इस तरह बदनामी होने लग गई हुण तक बहुत वधिया परमात्मा की मेहर रही है वाहिगुरु की कि किसी प्रकार का अपा बड़ा इन्हों ने चाला चलिया पर आप किसी प्रकार परमात्मा ने अपनी पिट नहीं लगन दी, इस करके चाहते हैं कि आने वाले दिनों मेरा भी बहुत तरह अंग्रेज करने की लड़ है, कोई कुड़ियां कड़िया छड़न दी कोशिश करे कुड़ियां भेजेंगे आप दियाँ तो उत्थे उस तरह वीडियो वीडियो कोई बनाउण तो उत्थे आप कोशिश करनी है कि इस तरह जे रात को माहौल नजर आता तो साडा ग्रुप भी बनाया हुआ वट्सअप ग्रुप आ नंबर भी छटे हुए ने रात को टीम भी फिरदियां होंगे ने उन्होंने ध्यान च लियाओ जो कोई मसला आप ही जिम्मेवारी समझ के हरेक ट्राली वाले को यह पता जरूर होना चाहिए थोड़े आले दुआले ट्रालिया चाहिए ट्रालिया अपनी माइया बीबिया ने आप भज के कल की होया कुड़ी साढ़े गल पवे उत्तों गलत बोलती थी कुदरती नेड़ की ट्राली च अपन माइया से सामने वाले तो भैन होनी थी उन्होंने आगे उन्होंने सामभिया तो आप एक ट्राली वाले आले दुआले दस भी ट्रालिया का पता होना चाहिए भी साडिया बुढ़िया जिसे बैठिया ने तो आप बुढ़िया लिया सकिए मौके से मुंडे खुंडे है चलो पंजाब हरियाणा का माहौल होंगे नचन टपन गलां डिक टुक ला के पर हुण जरा आधा दिन देखो कि दिन ने किन्ने मतलब के बैराग दे दिन अपने लिए आ दिन आप भुंजे सौने महसूस करते हैं उस दर्द को पर अज आना जो डेक ला के मेरा भीर इतने अंदोलन के रात को भंगड़े भुंगड़े पाते हैं डेक ला के तुरे फिरते उन्होंने वो मेरे भरा गुरेज करना आप पहला रोकया नहीं पहला मैं आप खुद कहना रहा स्टेजा उत्तों भी बोलता रहा भी कोई गल नहीं यार मुंडे खुंडे नच लिया तो डेक ला के नचते हैं मेरा भीर हूं आ डेक डुक लाने जरा बंद कर दे एक ने दारू दूरू पीनी पर वो नहीं सरदा जो कोई यार जिदा कहे हो गल बिना नहीं सरदा दारू दपड़े बिना आपका उठ जाओ यार अभी कहे असी सानू हर एक बंदे की लोड़ है असं ये नहीं कहते सानू की लोड़ है हरेक बंदे आपके लिए लोड़ है साढ़े हरेक की पैली जा रही है।